ਲੱਕੀ ਕਰਾਲੀ ਲਾਈਵ ਸ਼ੋਅ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਲੱਕੀ ਕਰਾਲੀ ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਟੀਮ ਪੰਜਾਬੀ ਦੇ ਤੁਹਾਡੇ ਨਾਲ ਤੁਹਾਡੇ ਤੱਕ ਅਸੀਂ ਇੰਟਰਵਿਊ ਆ ਪਹੁੰਚਾਉਂਦੇ ਰਹਿੰਨੇ ਆ ਸੁਪਰਸਟਾਰ ਪਲੇਅਰਾਂ ਨਾ ਹੋਵੇ ਚਾਹੇ ਡਾਕਟਰ ਸਾਹਿਬ ਨਾ ਹੋਵੇ ਚਾਹੇ ਕਿਸੇ ਵੀ ਆ ਸੂਪਰਸਟਾਰ ਦੇ ਨਾਲ ਇੰਟਰਵਿਊ ਹੋਵੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਪੂਰ ਜੋਰ ਮੰਗਤੇ ਕਿਉਂਕਿ ਬਹੁਤ ਮੈਸੇਜ ਆਉਂਦੇ ਰਹਿੰਦੇ ਆ ਸਾਨੂੰ ਆਮ ਹੀ ਸਾਨੂੰ ਕਾਲਾਂ ਆਉਂਦੀਆਂ ਰਹਿੰਦੀਆਂ ਆ ਕਿ ਕਿਤੇ ਨਾ ਕਿਤੇ ਡਾਈਟ ਤੇ ਜਾਂ ਖਰਾਕ ਤੇ ਜ਼ਰੂਰ ਇੰਟਰਵਿਊ ਕਰੋ ਕਿਸੇ ਨਾ ਕਿਸੇ ਡਾਕਟਰ ਦੇ ਨਾਲ ਸੋ ਦੇਸੀ ਹਕੀਮ ਜਿਹੜੇ ਵੈਦ ਜੀ ਨੂੰ ਕਹ ਲਈਏ ਉਹਨਾਂ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਤਰਵਿੰਦਰ ਸਿੰਘ ਦਿਓਲ ਸਾਹਿਬ ਜੋ ਟੀਮਾਂ ਵਾਲੀ ਪਿੰਡ ਤੋਂ ਆਨੇ ਜਿਲ੍ਹਾ ਫਰੀਦਕੋਟ ਕੋਟਕਪੂਰ ਦੇ ਬਿਲਕੁਲ ਲਾਗੇ ਇਹ ਪਿੰਡ ਆ ਸੀ ਅੱਜ ਉਹਨਾਂ ਦੇ ਪਿੰਡ ਪਹੁੰਚੇ ਹੋਏ ਆ ਪੂਰੀ ਟੀਮ ਲੈ ਕੇ ਸਵਾਗਤ ਕਰਦੇ ਆ ਸਵਾਗ ਹਾਂਜੀ ਮੇਰੇ ਵੱਲੋਂ ਵੀ ਯਾਨੀ ਕਿ ਧਰਮਿੰਦਰ ਸਿੰਘ ਦਿਓਲ ਵੱਲੋਂ ਵੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਯਾਨੀ ਕਿ ਟੀਮ ਪੰਜਾਬੀ ਦਾ ਵੈਲਕਮ ਕਰਦਾ ਮੈਂ ਤੇ ਨਾਲ ਹੀ ਤੁਹਾਡੇ ਜਿਹੜੇ ਟੀਮ ਤੇ ਤੁਹਾਡਾ ਵੀ ਮੀਡੀਆ ਤੇ ਦੇਖਣ ਵਾਲੇ ਤੁਹਾਡੇ ਚੈਨਲ ਨੂੰ ਦੇਖਣ ਵਾਲੇ ਦਰਸ਼ਕਾਂ ਉਹਨਾਂ ਦਾ ਵੀ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਐ ਤੇ ਉਹਨਾਂ ਨੂੰ ਮੰਨ ਕੇ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਹਿਣਾ ਥੈਂਕ ਯੂ ਸੋਮਾ ਜੀ ਡਾਕਟਰ ਸਾਹਿਬ ਅੱਜ ਗੱਲਾਂ ਮਤਾਂ ਆਪਾਂ ਕਰਨੀਆਂ ਜਿਹੜੀਆਂ ਖੁਰਾਕ ਦੇ ਕਿਉਂਕਿ ਜਿਹੜੀਆਂ ਆਪਣੀ ਦੇਸੀ ਗੇਮਾਂ ਆ ਕਬੱਡੀ ਐ ਰੈਸਲਿੰਗ ਐ ਚਾਹੀ ਵੇਟ ਲਿਫਟ ਰੀਆਂ ਚਾਹੀ ਹੋਰ ਵੀ ਜਿਹੜੀਆਂ ਗੇਮਾਂ ਆ ਖਾਸ ਕਰਕੇ ਜਿਹੜੀ ਕਬੱਡੀ ਤੇ ਰੈਸਲਿੰਗ ਤੇ ਗੱਲ ਅੱਜ ਫੋਕਸ ਰੱਖਣਾ ਕਬੱਡੀ ਰੈਸਲਿੰਗ ਦੇ ਵਿੱਚ ਸਟੂਇਡੈਂਟ ਜਿਹੜੀ ਕਾਫੀ ਮਾਤਰਾ ਚ ਹੈਵੀ ਹੋਈ ਹੋਈ ਆ ਅੱਜਕੱਲ ਅੱਛਾ ਸਟੂਇਡੈਂਟ ਚੀਜ਼ ਕੀ ਆ ਪਹਿਲਾਂ ਤੇ ਦੱਸ ਕੰਝੂ ਸੋ ਸਟੂਇਡੈਂਟ ਇਫੈਕਟ ਕੀ ਕਰਦੀ ਆ ਬਾਡੀ ਤੇ ਲੱਕੀ ਭਾਜੀ ਇਦਾਂ ਆ ਜਿਹੜਾ ਸਟੇਰੋਇਡ ਆ ਇਹ ਚਾਰ ਤੋਂ ਪੰਜ ਤਰ੍ਹਾਂ ਦਾ ਹੈ ਜਿਦਾਂ ਡੈਕਾ ਡੈਕ ਨੂੰ ਨੈਂਡਰੋ ਨੂੰ ਡੈਕਨੋਏਟ ਬੋਲਦੇ ਜਿਹੜਾ ਉਹਦਾ కెమికਲ ਸੌਲਟ ਹੈ ਫਿਰ ਟੈਸਟੋਸਟੀਰੋਨ ਹੈ ਟੈਸਟੋਸਟੀਰੋਨ ਸੈਪੋਨੇਟ ਟੈਸਟੋਸਟੀਰੋਨ ਡੈਕਨੋਏਟ ਟੈਸਟੋਸਟੀਰੋਨ ਫਲਾਈਨਲ ਪ੍ਰੋਪੋਨੇਟ ਤੇ ਪ੍ਰੋਪੋਇਨੇਟ ਟੈਸਟ ਪ੍ਰੋਪੋਨੇਟ ਫਿਰ ਮੰਨ ਕੇ ਚਲੋ ਟ੍ਰੈਨੇਚ ਆ ਗਿਆ ਜੀ ਫਿਰ ਮੰਨ ਕੇ ਚਲੋ ਇੱਕ ਸਟੈਨਾਜੋਲ ਹੈ ਉਹ ਵੀ ਐ ਪ੍ਰੈਮਾ ਬਲੋਨ ਹੈ ਕਈ ਤਰ੍ਹਾਂ ਦੇ ਸਟੇਰੀਡ ਮੇਨ ਜ਼ਿਆਦਾਤਰ ਕਬੱਡੀ ਦੇ ਵਿੱਚ 4 ਤੋਂ 5 ਤਰ੍ਹਾਂ ਦੇ ਯੂਜ਼ ਹੁੰਦੇ ਆ ਪ੍ਰੈਮਾ ਬਲੋਨ ਸਟੈਨਾਜੋਲ ਟ੍ਰੈਨੇਚ ਡੈਕਾ ਤੇ ਟੈਸਟ ਇਹ ਇਦਾਂ ਜੀ ਜਿਹੜਾ ਸਟੀਰੋਇਡ ਆਇਆ ਕਿਸੇ ਤਰ੍ਹਾਂ ਦਾ ਸਟੀਰੋਇਡ ਆ ਉਹਨੇ ਸਰੀਰ ਦੀ ਬਾਡੀ ਦੀ ਪਾਵਰ ਸਟਰੈਂਥ ਤੇ એનર્ਜੀ ਲੈਵਲ ਆ ਜਿਹੜਾ ਸਟੈਮਨਾ ਲੈਵਲ ਆ ਜਿਹੜਾ ਤੁਹਾਡਾ ਉਹ ਬੂਸਟ ਕਰਨਾ ਹੁੰਦਾ ਉਹਨੂੰ ਗੇਨ ਕਰਨਾ ਹੁੰਦਾ ਪਰ ਜਿੰਨਾ ਕਿ ਮਾਤਰਾ ਸਰੀਰ ਨੂੰ ਚਾਹੀਦੀ ਹੁੰਦੀ ਹੈ ਵੈਸੇ ਇਹ ਨਹੀਂ ਵੀ ਸਟੀਰੋਇਡ ਕਲਾ ਕਬੱਡੀ ਚੀ ਹੈ ਸਟੀਰੋਇਡ 올 ਵਰਲਡ 올림픽 ਦੇ ਵਿੱਚ ਵੀ ਕਾਫੀ ਬੰਦੇ ਜਿਦਾਂ ਬੇਨ ਜੌਨਸਨ ਪਕੜਿਆ ਗਿਆ 1996 ਦੇ ਵਿੱਚ 100 ਮੀਟਰ ਦਾ ਦੌੜਾਕ ਸੀਗਾ ਉਸ ਵਾਰ ਮਰੀਨ ਜੋਨਸ ਵੀ ਪਕੜੀ ਗਈ ਹੈ ਹੋਰ ਵੀ ਕਈ ਪਲੇਅਰ ਮੰਨ ਕੇ ਚਲੋ ਮਾਰੀਆ ਸ਼ਾਰਾਪਾਵਾ ਜਿਹੜੀ ਟੈਂਸ ਦੀ ਹੈ ਪਲੇਅ ਰਹੀ ਹੈ ਉਹ ਵੀ ਪਕੜੀ ਗਈ ਇੱਕ ਦੋ ਵਾਰ ਇਹ ਨਹੀਂ ਹੈ ਵੀ ਯੂਜ਼ ਨਹੀਂ ਕਰਦੇ ਉਹ ਪਰ ਸ਼ਾਰਟ ਟਰਮ ਦੇ ਵਿੱਚ ਯੂਜ਼ ਕਰਦੇ ਹੈ ਕਬੱਡੀ ਦੇ ਵਿੱਚ ਅਨ ਐਜੂਕੇਸ਼ਨ ਪਰਸਨ ਹੈ ਜਾਂ ਜਿਹੜੇ ਕਰਵਾਉਣ ਵਾਲੇ ਆ ਉਹਨਾਂ ਨੂੰ ਪੂਰੀ ਨੌਲੇਜ ਨਹੀਂ ਹੈ ਉਹ ਮੈਸੇਜ ਯੂਜ਼ ਕਰਵਾ ਕੇ ਡੈਕੇ ਦਾ ਜਾਂ ਟੈਸਟਾ ਦਾ ਜਾਂ ਟ੍ਰੈਂਡ ਦਾ ਜਾਂ ਸਟੈਨਾਜੋਲ ਦਾ ਵੀ ਬੇਵਜہ ਜਿੰਨੀ ਲੋਡ ਵੀ ਨਹੀਂ ਹੁੰਦੀ ਬਾਡੀ ਨੂੰ ਹਾਂ ਉਹ ਹਾਲਾਂਕਿ ਦੇਸੀ ਥਰੂ মালਟੀਵਿਟਾਮਿਨ ਥਰੂ ਦੇਸੀ ਖਾਗਦੇ ਥਰੂ ਨੈਚੁਰਲ ਥਰੂ ਕੇ ਦੇ ਥਰੂ ਸਪਲੀਮੈਂਟ ਦੇ ਥਰੂ ਵੀ ਆਪਾਂ ਗੋਲ ਅਚੀਵ ਕਰ ਸਕਦੇ ਆ ਇਹ ਆ ਬਸ ਵੀ ਉਹਤੇ ਮਹੀਨਾ ਲੱਗੂਗਾ ਜਿੱਦਾਂ ਡੇਢ ਮਹੀਨਾ ਲੱਗੂਗਾ ਸਟੀਰੋਇਡ ਤੇ ਤੇ ਉਹਤੇ ਜਿਹੜੇ ਦੇਸੀ ਤਰੀਕੇ ਆ ਉਹਨਾਂ ਨਾਲ ਮਤਲਬ ਤੁਹਾਡਾ 2 ਜਾਂ 3 ਮਹੀਨੇ ਲੱਗਣਗੇ ਪਰ ਉਹਦੇ ਨਾਲ ਲੌਂਗ ਟਰਮ ਦੇ ਵਿੱਚ ਰਿਜ਼ਲਟ ਆਊਗਾ ਤੁਹਾਡੀ ਸਿਹਤ ਆ ਜਿਹੜੀ ਤੁਹਾਡੀ ਬਾਡੀ ਆ ਤੁਹਾਡਾ ਜਿਹੜਾ ਗੋਲ ਦਾ ਅਚੀਵ ਤੁਸੀਂ ਕਰੋਗੇ ਉਹ ਤੁਸੀਂ ਸਟੇਬਲ ਰੱਖੋਗੇ ਇਹ ਨਹੀਂ ਹੈ ਜੱਕਦਾਂ ਵੀ ਜੱਕਦਾਂ ਟਾਪ ਤੇ ਜੱਕਦਾਂ ਬਾਟਮ ਤੇ ਥੱਲੇ ਲਾਉਂਗੇ ਇਹ ਨਹੀਂ ਕੰਮ ਹੋਊਗਾ ਸੋ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਕੋਲ ਅੱਜ ਦੇਸੀ ਦਵਾਈਆਂ ਬਾਰੇ ਵੀ ਪੁੱਛਾਂਗੇ ਦੇਸੀ ਖਰਾਕਾਂ ਬਾਰੇ ਵੀ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਸਪੈਸ਼ਲ ਅੱਛਾ ਜਿਹੜੀ ਸਟੂਡੈਂਟ ਹੈ ਉਹ ਪਤਾ ਆ ਕਿਉਂਕਿ ਮੈਂ ਵੀ ਇਹ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਸ਼ਿਕਾਰ ਹੋਇਆ ਜਦੋਂ ਮੈਂ ਵੀ ਯੰਗ ਸੀਗਾ ਅੱਛਾ ਜੰਗਸਟਰ ਬੱਚੇ ਜਿਹੜੇ ਆ ਇਹ ਲੱਗ ਜਾਂਦੇ ਦੇਖ ਕੇ ਕਿਉਂਕਿ ਸਟੂਡੈਂਟ ਤੁਹਾਨੂੰ ਇੱਕਦਮ ਜਿਹੜਾ ਉਹਦਾ ਇਫੈਕਟ ਦਿੰਦੀ ਆ ਉਹ ਤੁਹਾਨੂੰ ਕਿ ਇੱਕਦਮ ਪਾਵਰ ਇੱਕਦਮ ਬੂਸਟ ਅਪ ਕਰ ਦਿੰਦੀ ਆ ਸਟੂਡੈਂਟ ਇਸ ਕਰਕੇ ਯੂਜ਼ ਕਰਦੇ ਲੋਕ ਹਾਂਜੀ ਕੁਇਕ ਰਿਜ਼ਲਟ ਲੈਣ ਲਈ ਜਲਦੀ ਬੂਸਟ ਕਰਦੀ ਕੁਇਕ ਰਿਜ਼ਲਟ ਆਉਂਦਾ ਰਿਜ਼ਲਟ ਜਿੱਥੇ ਦੇਸੀ ਨਾਂ ਜਾਂ ਆਯੁਰਵੈਦਿਕ ਨਾਂ ਜਾਂ ਮਲਟੀਪਟਾਮ ਦੇ थ्रू ਮਤਲਬ ਸਪਲੀਮੈਂਟ ਦੇ थ्रू ਰਿਜ਼ਲਟ ਆਉਣਾ ਹੁੰਦਾ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਇਹਦੇ ਨਾਲ ਇੱਕ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚਕਾਰ ਰਿਜ਼ਲਟ ਆਉਂਦਾ ਪਰ ਪਹਿਲਾਂ ਵੀ ਆਪਾਂ ਜਿੱਦਾਂ ਗੱਲ ਗੱਲ ਕਰ ਚੁੱਕੇ ਆਂ ਭਾਜੀ ਵੀ ਇਹਦਾ ਜਿਹੜਾ ਸਾਈਡ ਇਫੈਕਟ ਹੈ ਇਹ ਆਉਣ ਵਾਲੀ ਏਜ ਦੇ ਉੱਪਰ ਜਿੱਦੋਂ ਆਪਾਂ 35 ਤੋਂ 40 ਸਾਲ ਦੇ ਵਿਚਕਾਰ ਬੰਦਾ ਜਾਂਦਾ ਉਦੋਂ ਸਾਈਡ ਫੈਟ ਆ ਕੇ ਜੋੜ ਦੇ ਪ੍ਰਬਲ ਆਉਣੀ ਸ਼ੁਰੂ ਹੋ ਜਾਂਦੀ ਹੈ ਕੋਲੇਸਟ੍ਰੋਲ ਗੇਨ ਹੋ ਜਾਂਦਾ ਹੈ ਕਿਡਨੀ ਦੇ ਉੱਪਰ ਬੁਰੇ ਅਸਰ ਆਉਣੇ ਆ ਜਾਂਦੇ ਆ ਫਿਰ ਜਿਹੜਾ ਆਪਣਾ ਲਿਵਰ ਹੈ ਉਹਦੇ اوਟੀਪੀਟੀ ਜਾਂ ਉਹਦੇ ਲਿਵਰ ਫੰਕਸ਼ਨ ਵੱਜ ਜਾਂਦੇ ਆ ਫਿਰ ਕੋ ਕਿਉਂ ਪਲੇਅਰ ਹੈ ਕੋਈ ਆਪਣੇ ਪ੍ਰੋਪਰ এডਿਕੇਸ਼ਨ ਦੀ ਇੱਕ ਤਾਂ ਬਹੁਤ ਵੱਡੀ ਘਾਟ ਆ ਭਾਜੀ ਇਸ ਚੀਜ਼ ਦੇ ਵਿੱਚ ਬਾਡੀ ਦਾ ਪ੍ਰੋਪਰ ਚੈੱਕਅਪ ਨਹੀਂ ਕਰਵਾਉਂਦੇ ਲੈਫਟੀ ਵਗੈਰਾ ਆ ਰਹਿਣ ਮੰਨ ਕੇ ਚੱਲ ਕਿਡਨੀ ਦੇ ਹਾਰਟ ਦੇ ਲਿਵਰ ਦੇ ਇਹਦੇ ਟੈਸਟ ਨਹੀਂ ਪ੍ਰੋਪਰ ਕਰਵਾਉਂਦੇ ਤੇ ਜਿਹੜਾ ਸਟੇਰੋਇਡ ਹੈ ਇਹਦੇ ਸਾਈਡ ਇਫੈਕਟ ਪ੍ਰੋਪਰ ਪੱਕੇ ਪੱਕਾ ਸ਼ੋਰ ਆ ਵੀ ਆਉਣੀ ਆਉਣੇ ਆ ਕੋਲੇਸਟ੍ਰੋਲ ਵੀ ਵਧਾਉਣਾ ਆਏ ਨੇ ਲਿਵਰ ਤੇ ਫੰਕਸ਼ਨ ਵੀ ਗੇਨ ਕਰਨੇ ਕਰਨੇ ਆ ਫਿਰ ਮੰਨ ਕੇ ਚਲੋ ਕਿਡਨੀ ਤੇ ਬੈਡ ਇਫੈਕਟ ਵੀ ਪੈਣੇ ਪੈਣੇ ਆ ਕਿਸੇ ਨਾ ਕਿਸੇ ਨੂੰ ਜਦੋਂ ਆਪਾਂ ਲੋਡ ਤੋਂ ਜ਼ਿਆਦਾ ਸਟੀਰੋਇਡ ਯੂਜ਼ ਕਰਦੇ ਆ ਕਿਉਂਕਿ ਇੰਨੀ ਏਜ ਹੁੰਦੀ ਆ ਪਤਾ ਹੁੰਦਾ ਨਹੀਂ ਕੋਈ ਵੀ ਬੰਦਾ ਚੱਕ ਕੇ ਸਟੀਰੋਇਡ ਯੂਜ਼ ਕਰਵਾਉਂਦਾ ਉਹਨੂੰ ਵੀ ਨਹੀਂ ਪ੍ਰੋਪਰ ਪਤਾ ਹੁੰਦਾ ਵੀ ਕਿੱਦਾਂ ਲਾਉਣਾ ਕੀ ਨਹੀਂ ਲਾਉਣਾ ਹਾਲਾਂਕਿ ਇਹ ਤਾਂ ਬਿਨਾ ਵੀ ਖੇਡਿਆ ਜਾ ਸਕਦਾ ਇਹ ਤਾਂ ਬਿਨਾ ਲੰਮੀ ਪਾਰੀ ਖੇਡੀ ਜਾ ਸਕਦੀ ਹੈ ਚੰਗੀ ਗੇਮ ਕਰੀ ਜਾ ਸਕਦੀ ਹੈ ਵਧੀਆ ਮਿਹਨਤ ਸਪਲੀਮੈਂਟ ਦੇ ਥਰੂ ਦੇਸੀ ਖੁਰਾਕਾਂ ਦੇ ਮੇਨ ਆ ਜਿਹੜੀ ਬਜਮੀ ਖਰਾਕ ਅਤੇ ਬਜਮੀ ਮਿਹਨਤ ਤੇ ਥਰੂ ਤੁਸੀਂ ਗੋਲ ਅਚੀਵ ਕਰ ਸਕਦੇ ਆ ਉਹ ਕਿ ਜਰੂਰੀ ਨਹੀਂ ਵੀ ਸਟੀਰੀਡ ਹੈ ਸਟੀਰੀਡ ਤੋਂ ਬਿਨਾ ਵੀ ਬਹੁਤ ਜ਼ਿਆਦਾ ਪਲੇਅਰ ਆ ਜੇ ਤਾਂ ਭਾਜੀ ਤੁਸੀਂ ਪਹਿਲਾਂ ਤੋਂ ਦੱਸਿਆ ਵੀ ਤੁਸੀਂ ਵੀ ਕੋਚਿੰਗ ਕਰਿਆ ਪਰ ਉਸ ਤੋਂ ਬਿਨਾ ਵੀ ਤੁਸੀਂ ਗੇਮ ਕਰੀਏ ਤੁਹਾਨੂੰ ਪਤਾ ਹੈ ਵੀ ਕਰ ਸਕਦੇ ਆ ਕੋਈ ਟੀ ਗੱਲ ਨਹੀਂ ਹੈ ਜੀ ਬਿਲਕੁਲ ਹਾਂ ਅੱਛਾ ਬਹੁਤ 플레이ਰ ਸਟੂਰਡ ਦੇ ਸ਼ਿਕਾਰ ਹੋਏ ਨੇ ਸਟੂਰਡ ਚੱਲ ਰਹੀ ਆ ਅੱਜ ਕੱਲ ਵੀ ਦੁਨੀਆ ਤੇ ਸਾਰੇ ਪਾਸੇ ਚੱਲਦੀ ਆ ਬਹੁਤੀਆਂ ਗੇਮਾਂ ਦੇ ਵਿੱਚ ਯੂਜ਼ ਹੋ ਰਹੀ ਆ ਸਟੂਰਡ ਸੋ ਇਹ ਜਿਹੜੀ ਅੱਜ ਦੀ ਇੰਟਰਵਿਊ ਆ ਖਾਸ ਕਰਕੇ ਸਿਰਫ ਨੌਲੇਜ ਮੇਰੀ ਜਿੱਥੋਂ ਤੱਕ ਮੈਂ ਕੋਸ਼ਿਸ਼ ਹੁੰਦੀ ਮੇਰੀ ਕਿ ਨੌਲੇਜ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਈਆਂ ਜਾਣ ਤਾਂ ਕਿ ਆਪਾਂ ਬਚ ਸਕੀਏ ਇਹਨਾਂ ਚੀਜ਼ਾਂ ਤੋਂ ਅੱਛਾ ਜਿਹੜਾ ਟੈਸਟੋਨ ਆ ਬੋਡੀ ਦੇ ਵਿੱਚ ਬਣਦਾ ਅਸੀਂ ਉਹਦੇ ਤੋਂ ਬੇਵੀ ਵੀ ਲੈਨੇ ਆ ਜਦੋਂ ਬੰਦੇ ਦੇ ਅੰਦਰ ਟੈਸਟੋਨ ਬਣਦਾ ਸੋ ਇਹ ਜਦੋਂ ਟੈਸਟੋਨ ਬਾਹਰੋਂ ਲੈਣ ਲੱਪੈਂਦੇ ਆ ਟੀਕਿਆਂ ਦੇ ਥਰੂ ਜਿਹੜੇ ਜਿੰਨੀਆਂ ਹੈਗੀਆਂ ਜਿੰਨੀਆਂ ਵੀ ਸਟੂਡੈਂਟਸ ਆਉਂਦੀਆਂ ਉਹ ਫਿਰ ਅੰਦਰਲੇ ਟੈਸਟੋਸਟਰੋਨ ਨੂੰ ਬੰਦ ਕਰ ਦਿੰਦਾ ਬਣਾਣਾ ਹਾਂਜੀ ਹਾਂਜੀ ਬਾਡੀ ਜਿਹੜਾ ਬਾਡੀ ਨੇ ਪ੍ਰੋਪਰ ਪ੍ਰੋਜੋਸਟਰੋਨ ਗਲੈਂਡ ਆ ਜੀ ਜੀ ਚੋ ਟੈਸਟੋਸਟਰੋਨ ਬਣਦਾ ਹੈ ਜਦੋਂ ਆਪਣੇ ਆਪ ਮਨਲਾ ਬਾਡੀ ਜਾਂ ਆਪਣੇ ਆਪ ਇੰਜੈਕਸ਼ਨ ਦੇ ਰੂਪ ਚ ਆਪ ਲੈਣ ਲੱਗ ਜਾਂਦੇ ਆ ਤੇ ਬਾਡੀ ਬਣਾਉਣਾ ਬੰਦ ਕਰ ਦਿੰਦੀ ਹੈ ਉਹਨੂੰ ਜੋ ਵੀ ਮੰਨ ਕੇ ਚੱਲੋ ਟੈਸਟੋਸਟਰੋਨ ਹੈ ਜਿਆਦਾ ਮੇਲ ਹਾਰਮੋਨ ਆਪਣਾ ਟੈਸਟੋਸਟਰੋਨ ਉਹ ਜਦੋਂ ਲੋਡਿੰਗ ਦਾ ਆਪਾਂ ਵੱਧ ਐਕਸਟਰਾ ਯੂਜ਼ ਕਰਦੇ ਆ ਉਹਦੇ ਨਾਲ ਆਪ ਨੂੰ ਗੰਜਾਪਨ ਵੀ ਆਉਂਦਾ ਹੈ ਫਿਰ ਹੋਰ ਸਾਈਡ ਇਫੈਕਟ ਵੀ ਆਉਂਦੇ ਪੋਟੈਂਸੀ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਸਪਰਮ ਵੀ ਨਿੱਲ ਕਰਦਾ ਹੈ ਕੁਝ ਟਾਈਮ ਲਈ ਉਹ ਬੰਦੇ ਨੂੰ ਐਸਟ੍ਰੋ ਲਿਬਿਡੋ ਜਾਂ ਸਟਰੈਂਥ ਆਉਂਦੀ ਹੈ ਪਰ ਅੱਗੇ ਆ ਕੇ ਉਹਦੇ ਸਾਈਡ ਇਫੈਕਟ ਬਹੁਤ ਹੈ ਤੇ ਕਿਤੇ ਕਿਤੇ ਗੁੱਸਾ ਵੀ ਆਉਣਾ ਸ਼ੁਰੂ ਹੋ ਜਾਂਦਾ ਬੰਦੇ ਨੂੰ ਹਾਂਜੀ ਐਗਰੈਸਿਵ ਹੋ ਜਾਂਦਾ ਬੰਦਾ ਐਗਰੈਸਿਵ ਹੋ ਜਾਂਦਾ ਕਿਉਂਕਿ ਇਹ ਇਕੱਲਾ ਮਨਲਾ ਐਨੀਮਲਕ ਐਨੀਮਲ ਦੇ ਵਿੱਚ ਵੀ ਹੁੰਦਾ ਜਿਦਾਂ ਛੇਰ ਆ ਹਾਥੀ ਆ ਗੈਂਡਾ ਇਹ ਵੀ ਤੁਸੀਂ ਜੈਰ ਨੈਸ਼ਨਲ ਡਿਸਕਵਰੀ ਤੇ ਜਾਂ ਨੈਸ਼ਨਲ ਜਿਓਗ੍ਰਾਫਿਕ ਚੈਨਲ ਤੇ ਤੁਸੀਂ ਦੇਖਿਆ ਹੋਊਗਾ ਕਿ ਕਿਦਾਂ ਗੈਂਡੇ ਹਾਥੀਆਂ ਨੂੰ ਮਾਰੀ ਜਾਂਦੇ ਆ ਜਾਂ ਹਾਥੀ ਗੈਂਡਿਆਂ ਨੂੰ ਮਾਰ ਰਹੇ ਆ ਇਦਾਂ ਹੀ ਬੰਦੇ ਦੇ ਵਿੱਚ ਵੀ ਜਿੱਦਾਂ ਐਸਟਰਾ ਟੈਸਟੋਸਟੇਰੋਨ ਜਾਂਦਾ ਹੈ ਉਹ ਅਗਰੈਸਿਵ ਹੋ ਜਾਂਦਾ ਹੈ ਉਹ ਖੇਡ ਦੀ ਭਾਵਨਾ ਤੋਂ ਉੱਪਰ ਹੋ ਕੇ ਕਿਸੇ ਦੇ ਸੱਟ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਹੈ ਤੇ ਇਹਦਾ ਮਤਲਬ ਸਰੀਰ ਦੇ ਉੱਤੇ ਕੋਈ ਬਹੁਤਾ ਵਧੀਆ ਇਫੈਕਟ ਨਹੀਂ ਆ ਵਧੀਆ ਪ੍ਰਭਾਵ ਨਹੀਂ ਹੈ ਇਹ ਤੋਂ ਬਿਨਾਂ ਵੀ ਖੇਡਿਆ ਜਾ ਸਕਦਾ ਕਬੱਡੀ ਖੇਡੀ ਜਾ ਸਕਦੀ ਹੈ ਮਿਹਨਤ ਦੇ ਥਰੂ ਦੇਸੀ ਖਾਣੇ ਦੇ ਥਰੂ ਮੈਂ ਵਾਰ-ਵਾਰ ਇਹ ਗੱਲ ਕਰ ਰਹੇ ਆ ਮਲਟੀਵਿਟਾਮਿਨ ਦੇ ਥਰੂ ਤੁਸੀਂ ਗੇਮਾਂ ਕੀ ਕਰ ਸਕਦੇ ਹੋ ਆਪਦਾ ਗੋਲ ਅਚੀਵ ਕਰ ਸਕਦੇ ਹੋ ਕੋਈ ਏਡੀ ਵੱਡੀ ਗੱਲ ਨਹੀਂ ਹੈ ਅੱਛਾ ਜਿਹੜੀ ਬਾਡੀ ਆ ਬਾਡੀ ਬੜੀ ਛੇਤੀ ਸਟੂਅਰਡ ਪਿਕ ਅਪ ਕਰ ਦਿੰਦੀ ਆ ਤੁਹਾਨੂੰ ਰਾਈਟ ਵੇ ਲਾਈਕ ਇੱਕ ਮਹੀਨੇ ਚ ਤਿਆਰ ਹੋ ਜਾਂਦੇ ਹੋ ਤੁਸੀਂ ਪ੍ਰੈਕਟਿਸ ਦੀ ਨਹੀਂ ਨਹੀਂ ਲੋੜ ਪੈਂਦੀ ਹਾਂਜੀ ਕੀ ਇਹਦੇ ਤੋਂ ਬਗੈਰ ਜਿਹੜੀਆਂ ਦੇਸੀ ਦਵਾਈਆਂ ਜਿਵੇਂ ਤੁਸੀਂ ਯੂਜ਼ ਕਰਦੇ ਰਹਿੰਨੇ ਹੋ ਦੇਸੀ ਆਪਣੇ ਜਿਹੜੇ ਤੁਹਾਡੇ ਬਣਾਏ ਹੋਏ ਸ케ਜੂਲ ਜਦੋਂ ਤੁਸੀਂ ਬਣਾ ਕੇ ਦਿੰਦੇ ਹੋ ਕਿਸੇ ਨੂੰ ਦਵਾਈ ਕਬੱਡੀ ਵਾਲੇ ਪਲੇਅਰਾਂ ਨੂੰ ਵੀ ਕਾਫੀਆਂ ਨੂੰ ਤੁਸੀਂ ਬਣਾ ਕੇ ਦਿੱਤੀ ਹੈ ਜਿਹੜੀ ਦੇਸੀ ਦਵਾਈ ਆ ਦੇਸੀ ਦਵਾਈ ਕਿਹੜੀ ਯੂਜ਼ ਕਰਨੀ ਚਾਹੀਦੀ ਆ ਔਰ ਕਿੱਦਾਂ ਦੀ ਲੈਣੀ ਚਾਹੀਦੀ ਆ ਪਲੇਅਰ ਨੂੰ ਦੇਸੀ ਦਵਾਈ ਇਦਾਂ ਜੀ ਪਹਿਲਾਂ ਦਾ ਫਸਟ ਟਾਈਮ ਤੁਸੀਂ ਜਿੱਦਾਂ ਵੀ ਤੁਹਾਨੂੰ ਜਿੱਦਾਂ ਦੇਸੀ ਦਵਾਈ ਤੁਸੀਂ ਸ਼ੁਰੂ ਕਰਦੇ ਆ ਪਹਿਲਾਂ ਤੁਹਾਨੂੰ ਕਨਸਟਿਪੇਸ਼ਨ ਨਹੀਂ ਹੋਣੀ ਚਾਹੀਦੀ ਤੁਹਾਨੂੰ ਕਬਜ਼ ਜੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਬਜ਼ ਨਹੀਂ ਹੋਣੀ ਚਾਹੀਦੀ ਪੇਟ ਦੇ ਵਿੱਚ ਪੇਟ ਬਿਲਕੁਲ ਸਾਫ਼ ਹੋਣਾ ਚਾਹੀਦਾ ਵੀ ਜਿੱਦਾਂ ਆਮਲਾ ਮਰਬਾ ਸੇਮ ਮਰਬਾ ਬੇਲਗिरी ਮਰਬਾ ਜਿੱਦਾਂ ਆਹ ਦਿਨ ਦੇ ਵਿੱਚ ਤੁਸੀਂ ਪ੍ਰੈਕਟ ਸ਼ੁਰੂ ਕਰ ਸਕਦੇ ਆ ਜਾਂ ਇਹਨਾਂ ਦਿਨਾਂ ਦੇ ਵਿੱਚ ਪਲੇਅਰ ਬਾਹਰ ਚਲੇ ਜਾਂਦੇ ਆ ਜਾਂ ਜਾਣਾ ਸ਼ੁਰੂ ਹੁੰਦੇ ਆ ਇਹਨਾਂ ਦਿਨਾਂ ਦੇ ਵਿੱਚ ਮਿਹਨਤ ਉਹਨਾਂ ਦੇ ਚੱਲ ਰਹੀ ਹੁੰਦੀ ਹੈ ਵੀ ਇਹਨਾਂ ਦਿਨਾਂ ਦੇ ਵਿੱਚ ਮਰਬੇ ਜਿੱਦਾਂ ਤੁਹਾਨੂੰ ਪਹਿਲਾਂ ਕਹੇ ਗਏ ਆ ਆਮਲਾ ਮਰਬਾ ਬ गाजर ਦਾ ਮਰੱਬਾ ਸੇ ਦਾ ਮਰੱਬਾ ਹੋ ਗਿਆ ਬਾਂਸ ਦਾ ਮਰੱਬਾ ਹੋ ਗਿਆ ਇਹਨਾਂ ਦੇ ਵਿੱਚ ਕੈਲਸ਼ੀਅਮ ਵਗੈਰਾ ਵੀ ਹੁੰਦਾ ਹੈ ਵਿਟਾਮਿਨ ਵੀ ਹੁੰਦੇ ਆ ਵਿਟਾਮਿਨ ਸੀ ਵਗੈਰਾ ਹੋ ਗਿਆ ਕਾਰਬੋਹਾਈਡਰੇਟ ਹੋ ਗਿਆ ਪ੍ਰੋਟੀਨ ਹੋ ਗਿਆ ਐਸੈਂਸ਼ੀਅਲ ਮਿਨਰਲ ਜਿੱਦਾਂ ਪੋਟਾਸ਼ੀਅਮ ਸੋਡੀਅਮ ਨਿਕਲ ਬੋਰਨ ਸਲੀਨੀਅਮ ਫਿਰ ਆਪਣੇ ਆਇਰਨ ਵਗੈਰਾ ਆ ਗਿਆ ਜਿੱਦਾਂ ਫਿਰ ਬੋਰਨ ਪਹਿਲਾਂ ਹੀ ਆਪ ਦੱਸਤਾ ਜ਼ਿੰਕ ਆ ਗਿਆ ਕਾਪਰ ਆ ਗਿਆ ਇਹ ਜਿਹੜੇ ਟ੍ਰੇਸ ਐਲੀਮੈਂਟ ਦੇ ਮਲਟੀ ਵਿਟਾਮਿਨ ਹੈ ਮਿਨਰਲ ਆ ਇਹ ਵੀ ਇਹਨਾਂ ਤੋਂ ਮਿਲਦੇ ਆ ਇਹਨਾਂ ਪਨਾਇਤਾ ਫਲ ਦਾ ਫਰੂਟ ਹੈ ਇੱਕ ਤਰ੍ਹਾਂ ਦਾ ਫਰੂਟ ਹੈ ਇੱਕ ਤਰ੍ਹਾਂ ਦੀ ਤੁਹਾਡੀ ਨੇਚਰਲ ਡਾਈਟ ਹੈ ਉਸ ਤੋਂ ਬਾਅਦ ਤੁਸੀਂ ਜਿੱਦਾਂ ਟਰਾਈਬਲੂਸ ਕਹਿੰਦੇ ਭਖੜਾ ਹੈ ਸਫੈਦ ਮੂਸਲੀ ਹੈ ਅਕਰਕਰਾ ਹੈ ਗੋਖਰੂ ਹੈ ਅਸ਼ਵਗੰਧਾ ਜਿਹਨੂੰ ਜੈਨਸਿੰਗ ਐਲੋਪੈਥੀ ਦੇ ਵਿੱਚ ਬੋਲਦੇ ਆ ਸਾਰੇ ਵਰਡ ਦੇ ਵਿੱਚ ਖਾਈ ਜਾਂਦੀ ਹੈ ਉਹ ਫਿਰ ਸਫੈਦ ਮੂਸਲੀ ਹੋ ਗਈ ਜੈਨਸਿੰਗ ਹੋ ਗਈ ਆਮਲਾ ਹੋ ਗਿਆ ਫਿਰ ਮੰਨ ਕੇ ਚਲੋ ਤਲਮ ਖਾਣਾ ਹੋ ਗਿਆ ਜਿਹੜੀਆਂ ਬੂਟੀਆਂ ਪੜੀਆਂ ਜੀ ਛਿਲਾਂਜੀਤ ਵੀ ਹੈ ਉਹਦੇ ਵਿੱਚ ਇੱਕ ਉਹਦੇ ਨਾਲ ਤੁਹਾਡਾ એનર્ਜੀ ਲੈਵਲ ਵੱਧਾ ਹੈ ਤੁਹਾਡਾ ਬੀਟਵਾਦਾ ਬੋਡੀ ਦਾ ਤੁਹਾਡੇ ਜੋੜਾਂ ਦੇ ਵਿੱਚ ਕਾਟ ਲਿਆ ਜਾ ਤੁਹਾਡੀ ਸੈਨੋਕੋਲ ਫਲੱਡ ਹੈ ਜਾਂ ਤੁਹਾਡੀ ਸਟੈਬਨਸ ਜੋੜਾਂ ਚ ਆਉਂਦੀ ਹੈ ਜਾਂ ਤੁਹਾਡੇ ਮਤਲਬ ਕਿ ਸਵੇਲਿੰਗ ਹੈ ਉਹਨੂੰ ਵੀ ਕਵਰ ਅਪ ਹੁੰਦਾ ਹੈ ਬੋਡੀ ਵੀ ਤੁਹਾਡੀ ਆਪਦੀ ਸ਼ੇਪ ਦੇ ਵਿੱਚ ਆਉਂਦੀ ਜਿੱਦਾਂ ਸਟੀਰੋਇਡ ਕੰਮ ਕਰਦਾ ਉਦਾਂ ਕੰਮ ਕਰਦੀ ਉਹ ਵੀ ਹਾਰਮੋਨ ਗੇਨ ਹੁੰਦੇ ਇਹਦੇ ਨਾਲ ਜਿੱਦਾਂ ਛਿਲਾਜੀਤ ਨਾਲ ਟਰਾਈਬਲੂਸ ਨਾਲ ਅਸ਼ਵਗੰਧੇ ਨਾਲ ਸਵੈਰ ਮੂਸਲੀ ਨਾਲ ਅਕਰਕਰਾਂ ਨਾਲ ਇਹਨਾਂ ਨਾਲ ਜਿਹੜੀਆਂ ਜੜੀ ਬੂਟੀਆਂ ਤੁਹਾਨੂੰ ਮੈਂ ਦੱਸਾਂ ਹੋਰ ਵੀ ਬਦਾਰੀ ਕਰਨ ਦੇ ਹੈਗੀ ਹੈ ਹੋਰ ਵੀ ਕਈ ਜੜੀਆਂ ਬੂਟੀਆਂ ਹੈਗੀਆਂ ਇਹ ਤੁਸੀਂ ਦਵਾਈਆਂ ਬਣਾਉਂਦੇ ਰਹਿੰਨੇ ਹੋ ਇਹੋ ਜਿਹੀਆਂ ਖਰਾਕਾਂ ਜਿਹੜੀਆਂ ਪਲਵਾਨਾਂ ਲਈ ਬਣਾਉਂਦੇ ਹੋ ਇਹਦੇ ਵਿੱਚ ਕੋਈ ਭਸਮ ਵੀ ਪੈਂਦੇ ਆ ਭਸਮ ਵੀ ਮਿਕਸ ਕਰ ਸਕਦੇ ਹੋ ਤੁਸੀਂ ਉਹ ਵੱਖਰਾ ਬਣਦਾ ਓਏ ਦੋ ਤਰ੍ਹਾਂ ਦੀ ਹੈ ਜੀ ਜਿੱਦਾਂ ਤੁਹਾਨੂੰ ਦੱਸਿਆ ਮੈਂ ਜੜੀਆਂ ਬੂਟੀਆਂ ਹੁੰਦੀਆਂ ਵੀ ਮੈਂ ਸਫੈਦ ਮੂਸਰੀ ਵਗੈਰਾ ਤੁਹਾਨੂੰ ਹੁਣ ਮੈਂ ਗਿਣਾ ਕੇ ਹਟਿਆ ਬਦਾਰੀ ਕਾਂ ਦਾ ਕੋਚ ਬੀਜ ਵੀ ਉਹਦੇ ਵਿੱਚ ਤੁਹਾਨੂੰ ਕਹਿਣਾ ਭੁੱਲ ਗਿਆ ਇੱਕ ਹੁੰਦੀ ਜੀ ਨਾਲ ਦੋ ਤਰ੍ਹਾਂ ਦੇ ਫਾਰਮਟ ਹੈ ਇੱਕ ਨਾਲ ਭਸਮ ਹੁੰਦੀ ਜਿਵੇਂ ਸੋਨਾ ਚਾਂਦੀ ਦੀ ਭਸਮ ਮੋਤੀ ਪਿਸਤੀ ਹੈ ਪਰਵਾਲ ਪਿਸਤੀ ਹੈ ਗਵਦੰਤੀ ਹੈ ਜਵਾਰ ਮੁਰਾਖਤਾਈ ਪਿਸਤੀ ਹੈ ਫਿਰ ਮੰਨ ਕੇ ਚਲੋ ਜੀ ਆ ਗਿਆ ਲੋਹ ਪਸਮਾ ਗਈ ਅਬਰਕ ਪਸਮਾ ਗਈ ਫਿਰ ਮਕਰਤਵਜ ਘਟਕੇ ਆ ਗਿਆ ਜੀ ਫਿਰ ਸਿੱਧ ਮਕਰਤਵਜ ਆ ਗਈ ਫਿਰ ਅਪੂਰਨ ਚੰਦਰਾ ਦੇ ਆ ਗਿਆ ਮਤਲਬ ਕਿ ਪਾਰਾ ਗੰਧਕ ਤੋਂ ਮਾਰੀਆਂ ਹੋਈਆਂ ਪਰ ਇਹ ਬਹੁਤ ਜ਼ਿਆਦਾ ਸੁਲਝੇ ਹੋਏ ਵੈਤ ਤੋਂ ਜਿਹੜਾ 15 ਜਾਂ ਐਕਸਪੀਰੀਅੰਸ ਜਿਆਦਾ ਜਾਂ ਜਿਹਦਾ ਐਜੂਕੇਸ਼ਨ ਹੈ ਜਿਹੜਾ ਬੰਦਾ ਆਪ ਐਜੂਕੇਟਡ ਹੈ ਉਹਦੇ ਤੋਂ ਬਣੋਣੀ ਚਾਹੀਦੀ ਕਿਉਂਕਿ ਜਿਆਦਾ ਐਕਸਟਰਾ ਜਾਂ ਲੋਡ ਤੋਂ ਵੱਧ ਸੋਨਾ ਚਾਂਦੀ ਮੋਤੀ ਹੀਰਾ ਇਹ ਵੀ ਇੱਕ ਮੈਟਲ ਹੈ ਇਹ ਵੀ ਤੁਹਾਡੇ ਕਿਡਨੀ ਤੇ ਹੱਟ ਤੇ ਬੁਰਾ ਅਸਰ ਲੈ ਕੇ ਆ ਸਕਦੀ ਹੈ ਪਰ ਇਹ ਇਹਦੇ ਬਹੁਤ ਆ ਇਹਦੇ ਨਾਲ ਤੁਹਾਡਾ ਜਿਹੜਾ ਪੋਸਟੀਰੀਅਰ ਕਰਕੇ ਤੁਹਾਡੀ ਬੋਡੀ ਇਫੈਕਟ ਪਿਆ ਹੋਇਆ ਤੁਹਾਡਾ ਟੈਸਟੋਸਟੀਰੋਨ ਘਟਿਆ ਹੋਇਆ ਹੈ ਜਾਂ ਤੁਹਾਡੇ ਜੋਇੰਟ ਦਰਦ ਕਰਦੇ ਆ ਜਾਂ ਸਵੇਲਿੰਗ ਰਹਿੰਦੀ ਹੈ ਜਾਂ ਤੁਹਾਡਾ ਲੀਵਰ ਨਹੀਂ ਪ੍ਰੋਪਰ ਕੰਮ ਕਰਦਾ ਜਾਂ ਬ੍ਰੇਨ ਦੇ ਸਟ्रेस ਰਹਿੰਦੀ ਹੈ ਜਾਂ ਤੁਹਾਡੇ ਵਾਲ ਤੁਹਾਡੇ ਝੜਨੇ ਸ਼ੁਰੂ ਹੋ ਗਏ ਹੈ ਸਟੀਰਡ ਦੀ ਵਜ੍ਹਾ ਕਰਕੇ ਉਹਦੇ ਸਾਈਡ ਇਫੈਕਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਨੂੰ ਇਹ ਕਵਰ ਅਪ ਕਰਦੀ ਹੈ ਬਾਕੀ ਬੋਡੀ ਨੂੰ ਹਾਰਟ ਨੂੰ ਕਿਡਨੀ ਨੂੰ ਇਹ ਤਾਕਤ ਦਿੰਦੀਆਂ ਸਾਰੀਆਂ ਚੀਜ਼ਾਂ ਭਸਮਾ ਵੀ ਜਿਹੜੀਆਂ ਲੌਂਗ ਟਰਮ ਦਾ ਰਿਜ਼ਲਟ ਰਹਿੰਦਾ ਹੈ ਜੜੀਆਂ ਬੂਟੀਆਂ ਨਾਲ ਜਦੋਂ ਆਪਾਂ ਦੋਨੇ ਚੀਜ਼ਾਂ ਤੇ ਬੰਦੇ ਦਾ ਸੈਕਸਚੁਅਲ ਜਿਹੜੇ ਸੁਪਰਮ ਵਗੈਰਾ ਉਹ ਵੀ ਵੱਧਦੇ ਆ ਬੰਦੇ ਦੀ ਲਿਬਿਡੋ ਪੰਪ ਵੀ ਵੱਧਦਾ ਹੈ ਬੰਦੇ ਦੀ ਸਟਰੈਂਥ ਵੀ ਵਧਦੀ ਹੈ ਸਟੈਮਨਾ ਵੀ ਇਨਕਰੀਜ਼ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਚਾਂਦੀ ਵੀ ਵਗੈਰਾ ਜਿਵੇਂ ਮੋਤੀ ਪੇਸਟੀ ਆ ਪਰਵਾਲ ਆ ਇਹ ਚੀਜ਼ਾਂ ਠੰਡੀਆਂ ਵੀ ਹੈ ਇਹ ਕੈਲਸ਼ੀਅਮ ਦਾ ਸੋਰਸ ਸੋਰਸ ਵੀ ਹੈਗਾ ਇਹਦੇ ਕਰਕੇ ਇਹਦਾ ਸਰੀਰ ਦੇ ਉੱਤੇ ਵਧੀਆ ਅਸਰ ਪੈਂਦਾ ਤੇ ਲੌਂਗ ਟਰਮ ਸਰੀਰ ਦੇ ਵਿੱਚ ਅਸਰ ਰਹਿੰਦਾ ਹੈ ਸੋ ਇਹ ਸਟੂਡੈਂਟ ਦਾ ਤੌਰ ਤੁਸੀਂ ਦੱਸ ਰਹੇ ਹੋ ਜੇ ਸਟੂਡੈਂਟ ਨਹੀਂ ਕਰਨੀ ਤਾਂ ਫਿਰ ਇਹ ਚੀਜ਼ਾਂ ਲੈਣੀਆਂ ਚਾਹੀਦੀਆਂ ਇਹਦੇ ਨਾਲ ਸਟੂਡੈਂਟ ਜਿੰਨਾ ਹੀ ਅਸਰ ਕਰਨੀਆਂ ਲੇਟ ਤੱਕ ਰਹਿਣੀਆਂ ਬੋਡੀ ਸੇਫ ਆ ਇਹਦਾ ਕੋਈ ਇਹੋ ਜਿਹਾ ਨਹੀਂ ਅੱਛਾ ਜਦੋਂ ਟੈਸਟ ਕਰਦੇ ਨੇ ਉਹ ਕਹਿੰਦੇ ਸਟੂਡੈਂਟ ਟੈਸਟ ਹੁੰਦੇ ਨੇ ਜਿਹੜੇ ਡੋਪ ਟੈਸਟ ਜਿਹਨੂੰ ਕਹਦੀਏ ਉਹਦੇ ਵਿੱਚ ਇਹ ਕੋਈ ਇੰਦਾਂ ਦੀ ਦਵਾਈਤ ਨਹੀਂ ਇੰਦਾਂ ਨਹੀਂ ਜੀ ਇਹਦੇ ਵਿੱਚ ਕੋਈ ਵੀ ਜਿਹੜੀਆਂ ਭਸਮਾਂ ਜਾਂ ਜੜੀਆਂ ਬੂਟੀਆਂ ਜਿਹੜੀਆਂ ਜਿੱਦਾਂ ਹੁਣ ਜਿ ਕਈ ਵੈਤ ਬੀਜ ਭੰਗ ਪਾਉਂਦੇ ਆ ਉਹ ਸੈਕਸ਼ੂਅਲ ਦਵਾਈ ਦੇ ਵਿੱਚ ਪੈਂਦੇ ਆ ਉਹ ਮੇਬੀ ਕਿਉਂਕਿ ਭੰਗ ਦੇ ਆਉਂਦੀ ਹੈ ਉਹ ਕਈ ਪਾਉਂਦੇ ਇਹ ਜਿਹੜਾ ਸਾਰੇ ਨੁਕਸੇ ਆ ਜਾਂ ਮੰਨ ਕੇ ਚਲੋ ਜੋਗ ਆ ਪਸ਼ਮਾ ਦੇ ਜਿਵੇਂ ਤੁਹਾਨੂੰ ਦੱਸਿਆ ਮੈਂ ਸਾਰੀਆਂ ਸੋਨਾ ਚਾਂਦੀ ਮੋਤੀ ਪਰਵਾਲ ਗਦੰਤੀ ਜਾਂ ਮੰਨ ਲਓ ਕਿ ਜੇ ਹੀਰਾ ਕੇਸਰ ਕਸਤੂਰੀ ਵੀ ਕਈ ਪਾਂ ਦੇ ਕਸਤੂਰੀ ਚਲੋ ਅੱਜ ਕੱਲ ਇੰਨਾਂ ਦਿਨਾਂ ਚ ਸਹੀ ਨਹੀਂ ਮਿਲਦੀਗੀ ਤੇ ਚਲੋ ਬੈਨ ਵੀ ਹੈ ਆਪਣੇ ਮੁਲਕ ਚ ਯੂਜ਼ ਵੀ ਨਹੀਂ ਕਰਨੀ ਚਾਹੀਦੀ ਤੇ ਪਰ ਇਹਨਾਂ ਦੇ ਸਾਈਡ ਇਫੈਕਟ ਕੋਈ ਨਹੀਂ ਹੈ ਸਹੀ ਮਾਤਰਾ ਨਾਲ ਜਿੰਨੀ ਜਿੰਨੀ ਮਾਤਰਾ ਵੈਦ ਆਪਾਂ ਨੂੰ ਦੱਸਦਾ ਉਨੀ ਮਾਤਰਾ ਖਾਧੀ ਜਾਵੇ ਨਾਲ ਪ੍ਰੋਪਰ ਡਾਈਟ ਲਈ ਜਾਵੇ ਸਹੀ ਤਰੀਕੇ ਨਾਲ ਐਕਸਰਸਾਈਜ਼ ਕਰੀ ਜਾਵੇ ਕੋਈ ਸਾਈਡ ਇਫੈਕਟ ਨਹੀਂ ਰਿਜ਼ਲਟ ਇਹਦਾ ਬਹੁਤ ਟੇਮ ਰਹਿੰਦਾ ਜਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਜਾਂ ਸਪੀਰੋਡ ਦੇ ਜਾਂ ਤੁਹਾਡੇ ਕੋਈ ਹੋਰ ਬੋਡੀ ਦੇ ਉੱਤੇ ਬੁਰੇ ਅਸਰਾ ਕਿਸੇ ਵੀ ਹੋਰ ਵਜ੍ਹਾ ਕਰਕੇ ਵੀ ਉਹ ਵੀ ਇਹ ਸਾਈਡ ਇਫੈਕਟ ਨੂੰ ਕਵਰ ਕਰਦੀ ਹੈ ਅੱਛਾ ਜਿਹੜੇ ਕਬੱਡੀ ਦੇ ਪਲੇਅਰ ਨੇ ਜਾਂ ਰੈਸਲਿੰਗ ਦੇ ਪਲੇਅਰ ਨੇ ਰੈਸਲਿੰਗ ਦੇ ਵੀ ਤੁਹਾਡੇ ਕੋਲੋਂ ਪਹਿਲਵਾਨ ਜਿਹੜੇ ਨੇ ਆਮ ਇਹ ਜਿਹੜੀਆਂ ਜੜੀ ਬੂਟੀਆਂ ਵਾਲੀ ਇਹ ਮੈਡੀਸਿਨ ਜਾਂ ਦਵਾਈ ਆ ਦੇਸੀ ਇਹ ਬਣਵਾਉਂਦੇ ਰਹਿੰਦੇ ਨੇ ਹਾਂਜੀ ਸਰਦੀਆਂ ਦੇ ਵਿੱਚ ਕਾਫੀ ਬਣਵਾਉਂਦੇ ਆ ਕੱਟੋ-ਕੱਟਾ ਆਪਾਂ ਕਹਿ ਸਕਦੇ ਆ ਵੀ 5 ਤੋਂ 7 ਲੱਖ ਤੱਕ ਤਾਂ ਮੈਂ ਹੀ ਬਣਵਾ ਦਿੰਦਾ ਜੀ ਕ ਉਹਨਾਂ ਨੂੰ ਦੱਸ ਦਿੱਤਾ ਪਰ ਕਾਫੀ ਘੱਟੋ ਘੱਟ ਮੰਨ ਕੇ ਚਲੋ ਹਰ ਸੀਜ਼ਨ ਦੇ ਵਿੱਚ 25 ਤੋਂ 30 ਸਟਾਰ ਪਲੇਅਰ ਆ ਜਿਹੜਾ ਸੁਪਰਸਟਾਰ ਆ ਡੂਪਰ ਸਟਾਰ ਜਿਹਨੂੰ ਆਪਾਂ ਕਹਿ ਸਕਦੇ ਆ ਉਹਨਾਂ ਨਾਲ ਮੈਂ ਜੁੜਿਆ ਹੋਇਆ ਉਹਨਾਂ ਨੂੰ ਸਪੈਸ਼ਲੀ ਜਿੱਦਾਂ ਜੋੜਾਂ ਦੀ ਵੀ ਐ ਜੋੜਾਂ ਵਾਸਤੇ ਪ੍ਰੋਬਲਮ ਕੋਈ ਆ ਗਈ ਜਾਂ ਇੰਜਰੀ ਆ ਗਈ ਉਹਦੇ ਲਈ ਬਣ ਗਈ ਜਾਂ ਮੰਨ ਕੇ ਚਲੋ ਕੋਈ ਹੋਰ ਕਿਸੇ ਵਜ੍ਹਾ ਕਰਕੇ ਸਰੀਰ ਦੇ ਉੱਤੇ ਕੋਈ ਬਰਾਸਰ ਆ ਗਿਆ ਉਹ ਵੀ ਉਹਨਾਂ ਨਾਲ ਮੇਰ ਨਾਲ ਅਟੈਚ ਐ ਮੇਰ ਨਾਲ ਜੁੜੇ ਰਹਿੰਦੇ ਮੇਰ ਨਾਲ ਗੱਲਾਂ ਬਾਤ ਕਰਦੇ ਰਹਿੰਦੇ ਆ ਬਾਕੀ ਜਿਹੜੀਆਂ ਪਾਵਰ ਵਾਲੀਆਂ ਜਿਵੇਂ ਸੋਨਾ ਚਾਂਦੀ ਮੋਤੀ ਵਾਂਗ ਭਸਮਾ ਜਿਹੜਾ ਆਪਾਂ ਕੁਸਤੇ ਕਹਿੰਦੇ ਆ ਜਾਂ ਜੜੀ ਬੂਟੀਆਂ ਦਾ ਕੰਬੀਨੇਸ਼ਨ ਹੁੰਦਾ ਜਿਵੇਂ ਛਿਲਾਂਜੀ ਦਾ ਕਰਕਰਾ ਕੋਜ ਬੀਜ ਬਦਾਰੀ ਕੰਦ ਸਾਲਮਪੰਜਾ ਸਾਲ ਮਿਸ਼ਰੀ ਦੀ ਸੁਗੰਧ ਸਾਲਮਪੰਜਾ ਇਹ ਜਿਹੜੀਆਂ ਜਿਹੜੀਆਂ ਜੜੀਆਂ ਬੂਟੀਆਂ ਆਮਲਾ ਹੋ ਗਿਆ ਇਹ ਵੀ ਦੋ ਤਿੰਨ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਕੰਬੀਨੇਸ਼ਨ ਹੁੰਦਾ ਇਹ ਵੀ ਹਰ ਸਾਲ ਬਣਵਾਉਂਦੇ ਆ ਕਿਉਂਕਿ ਜਿਹੜੇ ਨਹੀਂ ਇਹ ਨਹੀਂ ਹੈ ਵੀ ਸਾਰੀ ਸਟੇਰੀਓਡ ਕਰਦੇ ਆ ਕਬੱਡੀ ਜਗਤ ਦੇ ਵਿੱਚ ਕਈ ਲੋਕਾਂ ਨੇ ਇਹ ਮਸ਼ਹੂਰ ਕਰ ਚੁੱਕਿਆ ਮੈਂ ਤਾਂ ਕਬੱਡੀ ਨਾਲ ਆਪ ਜੁੜਿਆ ਹੋਇਆ ਟੀਮਾਂ ਨਾਲ ਵੀ ਜਾਂਦਾ ਰਿਹਾ ਹਰਜੀਤਲਵਾਰ ਕਲੱਬ ਨਾਲ ਉਹ ਤੋਂ ਪਹਿਲਾਂ ਹਰਜੀਤ ਮਤਲਬ ਹਰਜੀਤ ਫਰੈਂਡਸ ਕਲੱਬ ਪੱਤੋ ਹੀਰਾਣਾ ਜੁੜਿਆ ਹੋਇਆ ਫਿਰ ਜਦੋਂ ਮੰਗੀਹੁਰਾਂ ਦੀ ਟੀਮ ਨਾਲ ਵੀ ਮੈਂ ਜਾਂਦਾ ਰਿਹਾ ਮੈਂ ਤਾਂ ਨਹੀਂ ਦੇਖਿਆ ਕੋਈ ਸਟਾਰ ਪਲੇਅਰ ਵੀ ਜ਼ਿਆਦਾ ਯੂਜ਼ ਕਰਦਾ ਨਾ ਸੀ ਮੇਰੇ ਸਾਹਮਣੇ ਉਹਨਾਂ ਨੇ ਕੋਈ ਕੀ ਰਿਹਾ ਹੋਵੇ ਜਾਂ ਮੇਰੇ ਸਾਹਮ ਬਹੁਤ ਬਚੇ ਹੋਏ ਪਲੇਅਰ ਆ ਉਹ ਉਹ ਜਿਹੜੇ ਬਚੇ ਹੋਏ ਆ ਉਹ ਉਹਨਾਂ ਨੂੰ ਪਤਾ ਹੈ ਵੀ ਅਯੁਰਵੇਦਿਕ ਦੇ ਵਿੱਚ ਸਾਡੇ ਲਈ ਕੀ ਬੈਨੀਫਿਟ ਆ ਕਿਉਂਕਿ ਉਹਨਾਂ ਕੋਲੇ ਗੇਮ ਪਹਿਲਾਂ ਹੈਗੀ ਉਹਨਾਂ ਨੇ ਗੇਮ ਆਪਦੀ ਕ੍ਰੀਏਟ ਕਰੀ ਹੋਈ ਆ ਉਹਨਾਂ ਨੇ ਸਟੇਬਲ ਰੱਖਣਾ ਹੈ ਗੇਮ ਨੂੰ ਆਪਦੀ ਨੂੰ ਆਪਦੀ ਜਿਹੜੀ ਉਚਾਈ ਤੇ ਲੈ ਕੇ ਗਏ ਆ ਉੱਥੋਂ ਤੱਕ ਇਹਨਾਂ ਨੂੰ ਬਣਾ ਕੇ ਰੱਖਣਾ ਹੈ ਤੇ ਇਹਦੇ ਲਈ ਉਹ ਫਿਰ ਦੇਸੀ ਅਯੁਰਵੇਦਿਕ ਦਵਾਈਆਂ ਹੀ ਵਰਤਦੇ ਆ ਨਾ ਕਿ ਸਟਿਊਰੋਇਡ ਵਰਤਦੇ ਆ ਅੱਛਾ ਡਾਟਸ ਉਹ ਵੇ ਜਰੂਰ ਦਸੋ ਖਰਾਕ ਜਿਹੜੀ ਆ ਸਵੇਰ ਨੂੰ ਤੁਹਾਨੂੰ ਕਿੰਨੀ ਪ੍ਰੋਟੀਨ ਚਾਹੀਦੀ ਆ ਬਾਡੀ ਨੂੰ ਬੇਸਿਕਲੀ ਸਵੇਰ ਨੂੰ ਕਿਹੜੀ ਖਰਾਕ ਲੈਣੀ ਚਾਹੀਦੀ ਆ ਦੁਪਹਿਰ ਨੂੰ ਜਾਂ ਸ਼ਾਮ ਨੂੰ ਆਪਾਂ ਨੂੰ ਕਿਹੋ ਜਿਹਾ ਫੂਡ ਖਾਣਾ ਜੀ ਦਾ ਕਿਉਂਕਿ ਜਿਹੜੀਆਂ ਆਪਾਂ ਨੂੰ ਦਾਲਾਂ ਆ ਇਹਦੇ ਚ ਕਾਫੀ ਪ੍ਰੋਟੀਨ ਆ ਪਰ ਕਈ ਹੁਣ ਜਿਹੜੇ ਜ਼ਿਆਦਾ ਤੜਕਾ ਲਾ ਲੈਂਦੇ ਆਂ ਦਾਲ ਨੂੰ ਜਾਂ ਸਬਜ਼ੀ ਨੂੰ ਜਾਂ ਹੋਰ ਚੀਜ਼ਾਂ ਰੋਟੀ ਆ ਬਾਜਰੇ ਦੀ ਰੋਟੀ ਆ ਮੱਕੀ ਦੀ ਰੋਟੀ ਆ ਕਣਕ ਦੀ ਰੋਟੀ ਆ ਬਾਜਰੇ ਦੀ ਮੇਰੇ ਖਿਆਲ ਸਭ ਤੋਂ ਬੈਸਟ ਆ ਤੁਸੀਂ ਕੀ ਕੀ ਰეკਮੈਂਡ ਕਰਦੇ ਹੋ ਜਿਹੜੀ ਖਰਾਕ ਕੋ ਖਰਾਕ ਬਾਰੇ ਬਹੁਤ ਪੁੱਛੇਦੇ ਰਹਿੰਦੇ ਹੋ ਇਹ ਤਾਂ ਹੁਣ ਤੁਸੀਂ ਜਿਹੜੀਆਂ ਦੇਸੀ ਦਵਾਈਆਂ ਜਿਹੜੀ ਬੂਟੀਆਂ ਜਾਂ ਭਸਮਾ ਬਾਰੇ ਤੁਸੀਂ ਨੌਲੇਜ ਦਿੱਤੀ ਆ ਸੋ ਜਿਨ੍ਹਾਂ ਨੂੰ ਲੋੜ ਆ ਤੁਸੀਂ ਬਣਵਾ ਵੀ ਸਕਦੇ ਹੋ ਡਾਕਟਰ ਸਾਹਿਬ ਕੋ ਅੱਛਾ ਖਰਾਕ ਕੀ ਹੋਣੀ ਚਾਹੀਦੀ ਇਹ ਚੋ ਜ਼ਿਆਦੀ ਪ੍ਰੋਟੀਨ ਮਿਲਦੀ ਆ ਸਾਨੂੰ ਜਿਹੜੀਆਂ ਚੀਜ਼ਾਂ ਚੋਂ ਸਾਨੂੰ ਜਿਹੜੀ ਚੀਜ਼ਾਂ ਰੋਜ਼ ਸਾਨੂੰ ਲੋੜ ਆ ਬੇਸਿਕ ਲਾਈਫ ਦੇ ਵਿੱਚ ਵੀ ਪੀਸ ਕੇ ਇਦਾਂ ਜੀ ਜਿਹੜਾ ਅੱਜ ਵੀ ਹੁਣ ਸੁਪਰਸਟਾਰ ਹੈ ਉਹਦੇ ਨਾਲ ਮੰਨ ਕੇ ਚਲੋ ਮਲਟੀਵਿਟਾਮਿਨਾਂ ਜਾਂ ਵੇਪ ਪ੍ਰੋਟੀਨ ਵੀ ਲੈ ਸਕਦੇ ਆ ਆਪਣੀ ਖੁਰਾਕ ਦੇ ਵਿੱਚ ਨੈਕਸਟ ਸਟੇਜ ਤੋਂ ਬਾਅਦ ਵੇਪ ਪ੍ਰੋਟੀਨ ਹੈ ਜਾਂ ਬੀ ਸੀ ਸੀ ਏ ਵਗੈਰਾ ਵੀ ਮਸਲਾਂ ਦੀ ਰਿਪੇਅਰ ਵਾਸਤੇ ਜਿੱਦਾਂ ਤੁਸੀਂ ਮੇਰੇ ਤੋਂ ਪੁੱਛ ਰਹੇ ਹੋ ਦੇਸੀ ਖੁਰਾਕ ਦੇਸੀ ਖੁਰਾਕ ਕਿ ਇਦਾਂ ਹੈ ਜੀ ਜਿੱਦਾਂ ਬਾਦਾਮ ਹੋ ਗਏ ਕਾਜੂ ਹੋ ਗਏ ਅਖਰੋਟ ਹੋ ਗਿਆ ਇਹਨਾਂ ਨੂੰ ਰੋਸਟਰ ਕਰਕੇ ਇਹਨਾਂ ਨੂੰ ਪੀਸ ਕੇ ਜਦੋਂ ਆਪਾਂ ਇਹ ਇੱਕ ਤਰ੍ਹਾਂ ਦਾ ਪਿਓਰ ਨੇਚਰਲ ਵੇਪ ਪ੍ਰੋਟੀਨ ਕਹਿ ਲਓ ਗੇਨਰ ਕਹਿ ਲਓ ਤੇ ਪ੍ਰੋਟੀਨ ਪਾਊਡਰ ਕਹਿ ਲਓ ਉਹਨੂੰ ਇੱਕ ਤਰ੍ਹਾਂ ਦਾ ਪ੍ਰੋਟੀਨ ਪਾਊਡਰ ਬਣ ਜਾਂਦਾ ਹੈ ਉਹਦੇ ਵਿੱਚ ਤੁਸੀਂ ਛੋਟੀ ਇਲਾਚੀ ਦਾ ਪਾਊਡਰ ਵੀ ਪਾ ਸਕਦੇ ਹੋ ਉਹ ਤੁਸੀਂ ਸਵੇਰ ਆ ਕੇ ਜਿੱਦਾਂ ਨਾਲ ਉਹ ਸੋਇਆਬੀਨ ਵੀ ਉਹਦੇ ਨਾਲ ਰੋਸਟ ਕਰਕੇ ਚਾਰ ਚੀਜ਼ਾਂ ਆ ਜਿੱਦਾਂ ਬਦਾਮ ਮੰਨ ਕੇ ਚੱਲ ਅਖਰੂਟ ਕਾਜੂ ਤੇ ਸੋਇਆਬੀਨ ਭੁੰਨੀ ਹੋਈ ਥੋੜੇ ਬਹੁਤ ਛੋਲੇ ਵੀ ਰਲਾ ਸਕਦੇ ਆ ਛੋਲੇ ਵੀ ਤੁਸੀਂ ਉਹਦੇ ਨਾਲ ਮਿਕਸ ਕਰ ਸਕਦੇ ਆ ਉਹ ਤੁਸੀਂ 3 ਤੋਂ 4 ਚਮਚੇ ਲਓ ਨੈਚੁਰਲ ਐਕਸਰਸਾਈਜ਼ ਤੋਂ ਬਾਅਦ ਉਹਦੇ ਵਿੱਚ ਪ੍ਰੋਟੀਨ ਵੀ ਆ ਜਾਂਦਾ ਹੈ ਮਿਨਰਲ ਵੀ ਆ ਜਾਂਦੇ ਆ ਕੈਲਸ਼ੀਅਮ ਵਗੈਰਾ ਵੀ ਆ ਜਾਂਦਾ ਹੈ ਜਿਹੜਾ ਤੁਹਾਡੀ ਬੋਡੀ ਨੂੰ ਚਾਹੀਦੀਆਂ ਚੀਜ਼ਾਂ ਪ੍ਰੋਟੀਨ ਚਾਹੀਦੇ ਆ ਮਟਾਮਣ ਚਾਹੀਦੀ ਹੈ ਮਿਰਲ ਚਾਹੀਦੀ ਹੈ ਬੀ ਕੰਪਲੈਕਸ ਚਾਹੀਦਾ ਉਹ ਪ੍ਰੋਪਰ ਉਹਦੇ ਵਿੱਚ ਹੁੰਦਾ ਹੈ ਬਾਕੀ ਜਿਹੜੀ ਦੁਪਹਿਰ ਵਾਲੀ ਹੈ ਤੁਸੀਂ ਖਾਣਾ ਖਾਣੇ ਹੋ ਮੰਨ ਕੇ ਚੱਲੋ ਸਵੇਰ ਵਾਲੀ ਵਾਲੀ ਰੋਟੀ ਨੈਚੁਰਲ ਜਿਹੜੀ ਤੁਹਾਡੀ ਉਹਦੇ ਵਿੱਚ ਦਾਲਾਂ ਵੀ ਹੋਣ ਸਬਜ਼ੀਆਂ ਵੀ ਹੋਣ ਤੇ ਨਾਲ ਵੱਡੀ ਗੱਲ ਹੈ ਫਾਈਬਰ ਯੋਗਤ ਜਿਵੇਂ ਤਰ ਹੋਗੀ ਜਾਂ ਮੰਨ ਕੇ ਚੱਲੋ ਖੀਰਾ ਹੋ ਗਿਆ ਇਹ ਜਰੂਰ ਤੁਸੀਂ ਲਓ ਫਾਈਬਰ ਜਰੂਰ ਲਓ ਕਿਉਂਕਿ ਫਾਈਬਰ ਤੁਹਾਨੂੰ ਇੱਕ ਤਾਂ ਹਾਰਡ ਲਈ ਚੰਗਾ ਹੈ ਦੂਜੇ ਨੰਬਰ ਤੇ ਤੁਹਾਨੂੰ ਕੌਨਸਟਿਪੇਸ਼ਨ ਨਹੀਂ ਹੋਣ ਜਾਂਦਾ ਇਹ ਦੁਪਹਿਰ ਦੀ ਖਾਣ ਚ ਇਹ ਵਿੱਚ ਰੱਖੋ ਬਾਕੀ ਤੁਸੀਂ ਮੰਨ ਕੇ ਚੱਲੋ ਜਿਹੜੀ ਰੋਟੀ ਹੈ ਰੋਟੀ ਵੀ ਤੁਸੀਂ ਜ਼ਿਆਦਾ ਨਾ ਲਓ ਰੋਟੀ ਦੇ ਵਿੱਚ ਜਿਆਦਾ ਜਿਵੇਂ ਤੁਸੀਂ ਕਹਿੰਨੇ ਬਾਜਰਾ ਹੋ ਗਿਆ ਮੱਕੀ ਹੋ ਗਈ ਇਹ ਮਿਕਸ ਕਰਕੇ ਆਟਾ ਹੋ ਗਿਆ ਮਿਕਸ ਕਰਕੇ ਖਾਣੀ ਚਾਹੀਦੀ ਹੈ ਤਿੰਨ ਚਾਰ ਤਰ੍ਹਾਂ ਦੀ ਨਹੀਂ ਤਾਂ ਆਪਾਂ ਨੂੰ ਇਹ ਸਰੀਰ ਤੇ ਮਤਲਬ ਕਿ ਚੰਗਾ ਸਰੋਂਦਾ ਹੈ ਬਾਕੀ ਜਿਵੇਂ ਕਈ ਬੰਦਿਆਂ ਦੇ ਦਾਲਾਂ ਨਾਲ ਸਬਜ਼ੀਆਂ ਨਾਲ ਕਈ ਇਸ ਤਰ੍ਹਾਂ ਦੀਆਂ ਕੋਈ ਸਬਜ਼ੀਆਂ ਹੈਗੀਆਂ ਜਾਂ ਜ਼ਿਆਦਾਤਰ ਦਾਲਾਂ ਉਹਨਾਂ ਨਾਲ ਜ਼ੁਰ ਕੇ ਸਵਾਦ ਆ ਫਿਰ ਉਹ ਨਹੀਂ ਪ੍ਰੋਬਲਮ ਹੋਊਗੀ ਜੇ ਤੁਸੀਂ ਨਾਲ ਕੰਬੀਨੇਸ਼ਨ ਦੇ ਤੌਰ ਤੇ ਵਰਤੋਗੇ ਚੀਜ਼ਾਂ ਬਿਲਕੁਲ ਸਹੀ ਗੱਲ ਹੈ ਜੀ ਕਿ ਤਨੇ ਕਿਤੇ ਲੋੜਿਆ ਸਾਨੂੰ ਦੇਸੀ ਖਰਾਕਾਂ ਦੀ ਦੇਸੀ ਵੈਜੀਟੇਰੀਅਨ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਹੋ ਗਈਆਂ ਜਾਂ ਹੋਰ ਵੀ ਜਿੰਨਾ ਆਪਾਂ ਸੈਲਡ ਖਾਣੇ ਆ ਸੋ ਦੇਸੀ ਖਰਾਕਾਂ ਜਿਹੜੀਆਂ ਘਰ ਦੀਆਂ ਬਣੀਆਂ ਹੋਈਆਂ ਅੱਛਾ ਕੀ ਫਰਕ ਲੱਗਦਾ ਤੁਹਾਨੂੰ ਜਿਹੜੀਆਂ ਹੁਣ ਖਰਾਕਾਂ ਬਣ ਰਹੀਆਂ ਨੇ ਵੈਸ ਬੇਸਿਕਲੀ ਹੁਣ ਖਾਦ ਬਹੁਤ ਪੈ ਰਹੀ ਆ ਸਬਜ਼ੀਆਂ ਨੂੰ ਵੀ ਇਹ ਗੱਲ ਕਰੀਏ ਹਰੀਆਂ ਨੂੰ ਵੀ ਹਰੀਆਂ ਜਿੰਨੀਆਂ ਵੀ ਆਪਾਂ ਦੇਖਦੇ ਆ ਜਾਂ ਹੋਰ ਵੀ ਜਿੰਨੇ ਡਰਾਈ ਫਰੂਟਸ ਵੀ ਆਉਂਦੇ ਆ ਆਰਗੈਨਿਕ ਵੀ ਵਧੀਆ ਹੈ ਆਰਗੈਨਿਕ ਚ ਤੇ ਕੀ ਫਰਕ ਤੁਹਾਨੂੰ ਲੱਗਦਾ ਆਰਗੈਨਿਕ ਦੇ ਵਿੱਚ ਇਦਾਂ ਜੀ ਉਹ ਡਾਇਆ ਜਿੱਦਾਂ ਡੀਏਪੀ ਹੈ ਜਾਂ ਮੰਨ ਕੇ ਚਲੋ ਯੂਰੀਆ ਉਹ ਬਹੁਤ ਘੱਟ ਵਰਤੋਂ ਹੁੰਦੀ ਹੈ ਜਾਂ ਵਰਤਦੇ ਨਹੀਂ ਆਰਗੈਨਿਕ ਤਾਂ ਮਤਲਬ ਤਾਂ ਬਿਨਾ ਹੈ ਡਾਇਆ ਤੇ ਯੂਰੀਆ ਤੋਂ ਬਿਨਾ ਜਾਂ ਸਪਰੇਅ ਤੋਂ ਬਿਨਾ ਜਿਹੜੀ ਆਪਾਂ ਪੈਸਟੀਸਾਈਡ ਲੋਡ ਲੋਡੋਂ ਵੱਧ ਪੈਸਟੀਸਾਈਡ ਕਰੀ ਜਾਂਦੇ ਆ ਜਿੱਥੇ ਲੋਡ ਵੀ ਨਹੀਂ ਹੁੰਦੀ ਉੱਥੇ ਉਹਦੀ ਪੈਸਟੀਸਾਈਡ ਦੀ ਸਪਰੇਅ ਕਰੀ ਜਾਂਦੇ ਆ ਜਾਂ ਕਈ ਪੈਸਟੀਸਾਈਡ ਜਿੱਦਾਂ ਮੋਨੋਕਰੋਟੋਫਾਸ ਬੈਨ ਹੋਈ ਹੋਈ ਉਹਦਾ ਹਜੇ ਵੀ ਯੂਜ਼ ਚੱਲ ਰਿਹਾ ਹੈ ਉਹਦਾ ਹਿਊਮਨ ਦੇ ਉੱਤੇ ਤੇ ਜਾਂ ਜੀਵ ਜ ਹਜੇ ਤੱਕ ਆਪ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਕੈਂਸਰ ਤੱਕ ਉਹ ਮਤਲਬ ਕਿ ਪੈਸਟਿਸਾਈਡ ਕਰ ਰਿਹਾ ਜਾਂ ਲੀਵਰ ਡੈਮੇਜ ਕਰ ਰਿਹਾ ਕਿਡਨੀ ਡੈਮੇਜ ਕਰ ਰਿਹਾ ਜਾਂ ਕਲੋਰੋਪੈਰੀਫਾਸਾ ਹੋਰ ਵੀ ਕਈ ਪੈਸਟਿਸਾਈਡ ਹੈ ਜਿਹੜੇ ਨਹੀਂ ਆਪ ਨੂੰ ਯੂਜ਼ ਕਰਨੇ ਚਾਹੀਦੇ ਹਾਂ ਪਹਿਲ ਦੇਣੀ ਚਾਹੀਦੀ ਔਰ ਆਰਗੈਨਿਕ ਜਿਵੇਂ ਆਪਦੇ ਤੁਸੀਂ ਵੀ ਕਿਸਾਨੀ ਪਰਿਵਾਰ ਨਾਲ ਜੁੜੇ ਹੋ ਤਾਂ ਥੋੜੀ ਬਤੀ ਕਣਕ ਬੀਜੋ ਜਿਹਦੀ ਬਿਲਕੁਲ ਹੀ ਰੂੜੀ ਦੀ ਰੇਤ ਦੇ ਆਧਾਰ ਤੋਂ ਹੋਵੇ ਕੋਈ ਪੈਸਟਿਸਾਈਡ ਦੀ ਵਰਤੋਂ ਨਾ ਹੋਵੇ ਉਨੀਕ ਤੁਸੀਂ ਸਬਜ਼ੀ ਵੀ ਤੁਸੀਂ ਆਪ ਲਾ ਕੇ ਬੀਜਣ ਦੀ ਕੋਸ਼ਿਸ਼ ਕਰੋ ਬਾਕੀ ਵੱਡੀ ਗੱਲ ਇਹ ਆ ਵੀ ਤੁਸੀਂ ਲੱਖੀ ਭਾਜੀ ਤੁਸੀਂ ਵੀ ਗੇਮ ਕਰਦੇ ਰਹੇ ਹੋ ਵੀ ਵੱਡੀ ਗੱਲ ਖਰਾਕ ਉਦੋਂ ਉਸ ਤੋਂ ਬਾਅਦ ਜਿਹੜਾ ਮੈਨੇ ਰੱਖਦੀ ਚੀਜ਼ ਐਕਸਰਸਾਈਜ਼ ਤੇ ਤੁਹਾਡੇ ਅੰਦਰ ਦਾ ਜਿਹੜਾ ਇੱਕ ਮੋਟਿਵ ਹੈ ਜਾਂ ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ ਵੀ ਮੈਂ ਆਹ ਗੋਲ ਅਚੀਵ ਕਰਨਾ ਹੈ ਤਾਂ ਤੁਹਾਨੂੰ ਕੋਈ ਵੀ ਦੁਨੀਆ ਦੀ ਤਾਕਤ ਤੁਹਾਡੇ ਕੋਲੇ ਇੱਕ ਤਰ੍ਹਾਂ ਦਾ ਤਰੀਕਾ ਹੋਣਾ ਚਾਹੀਦਾ ਤੁਹਾਡੇ ਕੋਲੇ ਲਗਾ ਹੋਣਾ ਚਾਹੀਦਾ ਗੇਮ ਤੁਹਾਨੂੰ ਹੋਣੀ ਚਾਹੀਦੀ ਸਿੱਖੀ ਸਿੱਖੀ ਹੋਈ ਜਾਂ ਤੁਹਾਨੂੰ ਸਿੱਖਣੀ ਚਾਹਤ ਹੋਵੇ ਤੁਹਾਨੂੰ ਕੋਈ ਨਹੀਂ ਚੀ ਜੱਗੇ ਉਨ ਤੋਂ ਰੁਕ ਸਕਦੀ ਜੀ ਬਿਲਕੁਲ ਥੈਂਕ ਯੂ ਸੋ ਮਚ ਡਾਕਟਰ ਸਾਹਿਬ ਤੁਸੀਂ ਸਾਨੂੰ ਅੱਜ ਟਾਈਮ ਦਿੱਤਾ ਲਾਸਟ ਤੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਨਾਲੇ ਆਪਣਾ ਨੰਬਰ ਜਰੂਰ ਦੋ ਕੋਈ ਵੀ ਤੁਸੀਂ ਆਪ ਵੀ ਕਿਸੇ ਤਰ੍ਹਾਂ ਦੀ ਵੀ ਤੁਸੀਂ ਦੇਸੀ ਦਵਾਈ ਬਣਵਾਉਣੀ ਹੋਵੇ ਤਾਂ ਹਕੀਮ ਸਾਹਿਬ ਨੂੰ ਤੁਸੀਂ ਡਾਕਟਰ ਸਾਹਿਬ ਨੂੰ ਫੋਨ ਕਰ ਸਕਦੇ ਹੋ ਤੁਸੀਂ ਆਪਣਾ ਨੰਬਰ ਪਹਿਲਾਂ ਬੋਲੋ ਤੁਹਾਡਾ ਨੰਬਰ ਕੀ ਆ ਮੇਰਾ ਨੰਬਰ ਹੈ ਜੀ 99154 16006 ਇੱਕ ਨੰਬਰ ਹੈਗਾ ਜੀ ਤੇ WhatsApp ਚੱਲਦਾ ਉਹਦਾ ਹੈਗਾ 95920 2010 ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਵੈਸੇ ਏਡਾ ਤਾਂ ਮੈਂ ਚਲੋ ਨਹੀਂ ਬਣਿਆ ਜਿਹੜਾ ਤੁਹਾਨੂੰ ਮੈਸੇਜ ਤੁਹਾਨੂੰ ਜਾਂ ਆਪਾਂ ਜਿਹੜੇ ਦਰਸ਼ਕ ਦੇਖ ਰਹੇ ਆ ਟੀਮ ਪੰਜਾਬੀ ਦੇ ਉਹਨਾਂ ਨੂੰ ਮੈਂ ਮੈਸੇਜ ਲਾ ਸਕਾਂ ਪਰ ਮੈਂ ਇਹ ਗੱਲ ਕਹਿਣਾ ਵੀ ਨੈਚੁਰਲ ਜਾਂ ਆਪਦਾ ਕੁਦਰਤਵਲ ਮੋੜੋ ਪਲੇਅਰ ਆ ਜਾਂ ਲੋਕ ਵੀ ਆ ਜੋ ਵੀ ਮੰਨ ਕੇ ਜਾਂ ਦਰਸ਼ਕ ਕਹਿ ਲੋ ਜਾਂ ਆਪਣੇ ਸਰੋਤੇ ਕਹਿ ਲੋ ਜੇ ਸੁਣ ਰਹੇ ਆ ਜਾਂ ਦੇਖ ਰਹੇ ਆ ਇਹੀ ਕੋਸ਼ਿਸ਼ ਕਰੋ ਵੀ ਆਰਗੈਨਿਕ ਖਾਓ ਨੇਚਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਖਾਓ ਫਰੂਟ ਖਾਓ ਥੋੜੀ ਬਹੁਤੀ ਖਰਾਬ ਮੰਨ ਕੇ ਚੱਲ ਐਕਸਰਸਾਈਜ਼ ਜ਼ਰੂਰ ਕਰੋ ਖਰਾਕ ਵਧੀਆ ਰੱਖੋ ਘਰੇ ਜਿੰਨਾ ਵੀ ਸੁੱਤੋ ਮਾੜਾ ਮੋਟਾ ਵੀ ਜੋ ਜੋ ਥੋੜਾ ਬਥੇ ਤੁਸੀਂ ਕੰਮ ਕਰ ਸਕਦੇ ਹੋ ਪਲੇਅਰ ਹੋਇਆ ਜਿੱਦਾਂ ਸੀਜ਼ਨ ਨਹੀਂ ਉਹ ਖੇਤੀ ਦਾ ਕੰਮ ਕਰੇ ਜਾਂ ਐਕਸਰਸਾਈਜ਼ ਪ੍ਰੋਪਰ ਆਪਣੀ ਹਣੀ ਤਾਂ ਲਾਉਣੀ ਲਾਉਣੀ ਹੈ ਤੇ ਆਮ ਲੋਕ ਵੀ ਆ ਜਿਹੜੇ ਆਮ ਮੰਨ ਕੇ ਚੱਲ ਹੱਥੀ ਕਿਰਤ ਨਾਲੋਂ ਟੁੱਟ ਚੁੱਕੇ ਆ ਉਹ ਜੁਰ ਜੁਰ ਸ਼ੁਰੂ ਕਰਨ ਹਾਂਜੀ ਥੈਂਕ ਯੂ ਸੋ ਮਚ ਟਰਮਿੰਦਰ ਸਾਹਿਬ ਤੁਸੀਂ ਅੱਜ ਟਾਈਮ ਦਿੱਤਾ ਧੰਨਵਾਦ ਤੁਹਾਡਾ ਬਹੁਤ ਬਹੁਤ ਸასიਖਲ ਥੈਂਕ ਯੂ ਸੋ ਮਚ ਧੰਨਵਾਦ ਹਾਂ ਜੀ ਤਾਂ ਤੁਹਾਡਾ ਵੀ ਤੁਹਾਡੀ ਪ੍ਰੋਪਰ ਟੀਮ ਦਾ ਜਿਹੜਾ ਤੁਸੀਂ ਮੇਰੇ ਕੋਲੇ ਆਏ ਤੁਸੀਂ ਮੈਨੂੰ ਨਿਮਾਣੇ ਨੂੰ ਮੇਰੇ ਲਈ ਟਾਈਮ ਕੱਢਿਆ ਤੁਸੀਂ ਬਹੁਤ ਜਿਆਦਾ ਥੈਂਕ ਯੂ ਤੁਹਾਡਾ ਥੈਂਕ ਯੂ ਜੀ ਧੰਨਵਾਦ